ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਟੂਡੇ ਪੰਜਾਬ نیوز ਚੈਨਲ ਦੇ ਮੈਂ ترਸੇਮ ਸਿੰਘ ਮਠਾੜੂ ਗੱਲਬਾਤ ਕਰਾਂਗੇ ਭਾਰਤ ਤੇ ਪੰਜਾਬ ਸੂਬੇ ਦੀ ਇਸ ਵੇਲੇ ਦੀਆਂ ਦੁਪਹਿਰ ਦੀਆਂ ਅਹਿਮ ਖਬਰਾਂ ਦੀ ਤੇ ਖਬਰਾਂ ਵਿੱਚ ਪਹਿਲੀ ਖਬਰ ਤੇ ਨਜ਼ਰ ਮਾਰਦੇ ਉਸ ਤੋਂ ਪਹਿਲਾਂ ਜਿਨ੍ਹਾਂ ਦੋਸਤਾਂ ਨੇ ਹਲੇ ਤੱਕ ਆਪਣੇ ਫੇਸਬੁੱਕ ਪੇਜ ਜਿਸ ਦਾ ਨਾਂ ਪੰਜਾਬ نیوز ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਜਾ ਕੇ ਲਾਈਕ ਤੇ ਫੋਲੋ ਕਰਨ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਤੇ ਜੇ ਸਾਡੇ ਦੁਆਰਾ ਦਿੱਤੀਆਂ ਖਬਰਾਂ ਤੁਹਾਨੂੰ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰਦੇ ਹੋ ਤੁਹਾਡਾ ਬਹੁਤ ਹੀ ਧੰਨਵਾਦ ਹੋਵੇਗਾ ਇਸੇ ਦੇ ਨਾਲ ਹੀ ਪਹਿਲੀ ਖਬਰ ਤੇ ਨਜ਼ਰ ਮਾਰਦੇ ਕਿ ਵਿਸਾਖੀ ਲਈ ਪਾਕਿਸਤਾਨ ਨੇ 1100 ਸਿੱਖ ਸ਼ਰਧਾਲੂਆਂ ਲਈ ਜਾਰੀ ਕੀਤਾ ਵੀਜ਼ਾ ਜੀਹਾਂ ਦੋਸਤੋ ਪਾਕਿਸਤਾਨ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਸਾਲਾਨਾ ਵਿਸਾਖੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਭਾਰਤ ਦੇ 1100 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਗਿਆ ਇਨ੍ਹਾਂ ਸਮਾਗਮਾਂ ਦਾ ਪ੍ਰਬੰਧ 12 ਤੋਂ 22 April ਵਿਚ ਚਾਲੇ ਕੀਤਾ ਜਾਵੇਗਾ ਤੇ ਹਾਈ ਕਮਿਸ਼ਨ ਨੇ ਕਿਹਾ ਕਿ 1974 ਦੇ ਧਾਰਮਿਕ ਸਥਾਨਾਂ ਦੀਆਂ ਯਾਤਰਾਮਤੇ ਪਾਕਿਸਤਾਨ ਭਾਰਤ ਪ੍ਰੋਟੋਕਾਲ ਦੀ ਵਿਵਸਥਾ ਦੇ ਤਹਿਤ ਭਾਰਤ ਤੋਂ ਹਰ ਸਾਲ ਵੱਡੀ ਗਿਣਤੀ ਵਿੱਚ ਸਿੱਖ ਸਦਾਲੂ ਵੱਖ-ਵੱਖ ਧਾਰਮਿਕ ਤਿਹਾੜੀ ਮਨਾਉਣ ਲਈ ਪਾਕਿਸਤਾਨ ਜਾਂਦੇ ਨੇ ਉਸ ਨੇ ਕਿਹਾ ਕਿ ਵੀਜ਼ਾ ਪਾਕਿਸਤਾਨ ਸਰਕਾਰ ਵੱਲੋਂ ਪੰਜਾਬੀਆਂ ਦੇ ਸਿੱਖਾਂ ਲਈ ਵਿਸਾਖੀ ਦੇ ਮਹੱਤਵ ਨੂੰ ਦੇਖਦੇ ਹੋਏ ਵਿਸ਼ੇਸ਼ ਰੂਪ ਨਾਲ ਜਾਰੀ ਕੀਤਾ ਗਿਆ ਜੋ ਇਹਨਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਦੀਪ ਸਦੂਦੀ ਜਮਾਨਤ ਅਰਜੀ ਤੇ ਸੁਣਵਾਈ 12 April ਤੱਕ ਮੁਲਤਵੀ ਜੀहां ਦੋਸਤੋ ਸ਼ਬੀ ਜਨਵਰੀ ਨੂੰ ਡਾਇਰੈਕਟਰ ਪ੍ਰਿਵੋਡਾਨ लाल किले ਤੋਂ ہوئی ਕਟਨਾ ਨਾਲ ਵਿੱਚ ਗ੍ਰਿਫਤਾਰ ਕੀਤੇ ਗਏ ਅਦਾਕਾਰ ਦੀਪ ਸੇਦੂ ਦੀ ਜ਼ਮਾਨਤਾਰੀ ਅੱਜ ਮੁੜ ਸੁਣਵਾਈ ਹੋਈ ਹੈ ਜੋ ਕਿ ਕੋਈ ਸਮਾਂ ਚੱਲੇ ਤੇ ਸੁਣਵਾਈ ਨੂੰ ਇੱਕ ਵਾਰ ਫਿਰ 12 April ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਆਨੇ ਸੂਚਿਤ ਜਾਤੀ ਦੇ ਬੱਚਿਆਂ ਲਈ ਅਹਿਮ ਖਬਰ ਹੁਣ ਸਕਾਲਰਸ਼ਿਪ ਲਈ ਨਹੀਂ ਕਰਨਾ ਪਾਵੇਗਾ ਇੰਤਜ਼ਾਰ ਅਨੁਸੂਚਿਤ ਜਾਤੀਆਂ ਬੱਚਿਆਂ ਲਈ ਪੜ੍ਹਾਈ ਲਈ ਮਰਨ ਵਾਲੇ ਵਜ਼ੀਫੇ ਵਿੱਚ ਕੋਈ ਦੇਰੀ ਨਹੀਂ ਹੋਵੇਗੀ ਕੇਂਦਰ ਸਰਕਾਰ ਨੇ ਇਸ ਸਬੰਧੀ ਨਵੀਂ ਪ੍ਰਣਾਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਪ੍ਰਣਾਲੀ ਵਿੱਚ ਬਿਨੈ ਕਰਨ ਤੋਂ ਬਾਅਦ ਕੇਂਦਰ ਅਤੇ ਰਾਜ ਦੋਵੇਂ ਆਪਣੇ ਨਿਰਧਾਰਤ ਸਮੇਂ ਦੇ ਅੰਦਰ ਅੰਦਰ ਆਪਣੀ ਹਿੱਸੇਦਾਰੀ ਦੀ ਰਕਮ ਸਿੱਧੇ ਵਿਦਿਆਰਥੀਆਂ ਦੇ ਖਾਤੇ ਵਿੱਚ ਭੇਜਣਗੇ ਰਾਜਾਂ ਨੂੰ ਪਹਿਲਾਂ ਇਸ ਨਵੀਂ ਪ੍ਰਣਾਲੀ ਵਿੱਚ ਆਪਣਾ ਹਿੱਸਾ ਦੇਣਾ ਪਵੇਗਾ ਹਾ ਹਾਣਸ ਸਕਾਲਰਸ਼ਿਪ ਲਈ ਨਹੀਂ ਕਰਨਾ ਪਾਵੇਗਾ ਇੰਤਜ਼ਾਜ ਇਹ ਹਿੱਸਾ ਨਵੇਂ ਫੰਡਿੰਗ ਪੈਟਰਨ ਦੇ ਤਹਿਤ ਵੀ ਨਿਰਧਾਰਤ ਕੀਤਾ ਗਿਆ ਜਿਸ ਵਿੱਚ ਪਹਾੜੀ ਇਲਾਕੇ ਵਾਲੇ ਰਾਜਾਂ ਨੂੰ 10% ਦਾ ਭੁਗਤਾਨ ਕਰਨਾ ਪਵੇਗਾ ਜਦੋਂ ਕਿ ਮੈਦਾਨੀ ਇਲਾਕੇ ਵਾਲੇ ਰਾਜਾਂ ਨੂੰ 40% ਦਾ ਭੁਗਤਾਨ ਕਰਨਾ ਪਵੇਗਾ ਤੇ ਬਾਕੀ ਰਕਮ ਕੇਂਦਰ ਵੱਲੋਂ ਦਿੱਤੀ ਜਾਵੇਗੀ ਪੰਜਾਬ ਤੇ ਲੋਕਡਾਊਨ ਨੂੰ ਲੈ ਕੇ ਆ ਸਕਦਾ ਹੈ ਵੱਡਾ ਫੈਸਲਾ ਪੀਐਮ ਮੋਦੀ ਤੇ ਕੈਪਟਨ ਦੀ ਅਹਿਮ ਮੀਟਿੰਗ ਜੀਹਾਂ ਦੋਸਤੋ ਦੇਸ਼ ਵਿੱਚ ਜਾਲੇਵਾ ਕਰੋਨਾ ਵਾਇਰਸ ਦੇ ਵਾਧੇ ਖਤਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ ਦੇਸ਼ 'ਚ ਕਰੋਨਾ ਵਾਇਰਸ ਦੀ ਰਫ਼ਤਾਰ ਬੇਕਾਬੂ ਹੋ ਗਈ ਹੈ ਤੇ ਨਵੀਂ ਲਹਿਰ ਸਭ ਤੋਂ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਈ ਹੈ ਤੇ ਦੇਸ਼ ਵਿੱਚ ਪਹਿਲੀ ਵਾਰ 24 ਘੰਟਿਆਂ ਦੇ ਅੰਦਰ 1 ਲੱਖ ਤੋਂ ਵੱਧ ਕਰੋਨਾ ਵਾਇਰਸ ਦੇ ਕੇਸ ਦਰਜ ਕੀਤੇ ਗਏ ਤੇ ਬੈਠਕ ਅੱਜ ਸ਼ਾਮ 6:30 ਵਜੇ ਹੋਵੇਗੀ ਪੀਐਮ મોદી ਕਰੋਨਾ ਦੀ ਮੌਜੂਦਾ ਸਥਿਤੀ ਦੇ ਸਾਰੇ ਸੂਬਿਆਂ ਦੇ ਸਿਯਮਤ ਅਧਿਕਾਰੀਆਂ ਨਾਲ ਵੀਡੀਓ ਕਾਨਫਰੈਂਸਿੰਗ ਨਹੀਂ ਚਰਚਾ ਕਰਨਗੇ ਦੋ ਦਿਨ ਪਹਿਲਾਂ ਹੀ ਪੀਐਮ મોદી ਨੇ ਕਰੋਨਾ ਰਿਵਿਊ ਮੀਟਿੰਗ ਕੀਤੀ ਸੀ ਜਿਸ ਵਿੱਚ ਪੀਐਮ મોદી ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸੀ ਕਿ ਕਰੋਨਾ ਰੋਕਣ ਲਈ ਸਖਤ ਕਦਮ उठाए ਜਾਣ ਇਸ ਤੋਂ ਇਲਾਵਾ ਪੀਐਮ મોદી ਸੂਬਿਆਂ ਦੇ ਮੁੱਖ ਮੰਤਰੀ ਤੋਂ ਵੈਕਸੀਨੇਸ਼ਨ ਤੇ ਵੀ ਚਰਚਾ ਕਰਨਗੇ ਹਾਲ ਹੀ ਵਿੱਚ ਸ਼ੁੱਕਰਵਾਰ ਨੂੰ ਕੈਬਨਟ ਮੈਂਸਕਰਤਰ ਰਾਜੀਵ ਗੋਪਾ ਦੇ ਨਾਲ ਹੋਈ ਬੈਠਕ 'ਚ 11 ਸੂਬੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਹਨਾਂ ਦੇ ਦਿਨੋਂ ਦਿਨ ਵਾਧੇ ਮਾਮਲੇ ਤੇ ਰੋਜ਼ਾਨਾ ਹੋ ਰਹੀਆਂ ਮੌਤਾਂ ਦੇ ਕਾਰਨ ਮਹਾਰਾਸ਼ਟਰ ਪੰਜਾਬ ਕਰਨਾਟਕ ਕੇਰਲ ਸਤਿਸ਼ਗੜ ਚੰਡੀਗੜ ਗੁਜਰਾਤ ਮੱਧ ਪ੍ਰਦੇਸ਼ ਤਾਮਿਲਨਾਡੂ ਦਿੱਲੀ ਅਤੇ ਹਰਿਆਣਾ ਨੂੰ ਗੰਭੀਰ ਚਿੰਤਾ ਵਾਲੇ ਸੂਬਿਆਂ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ ਹੁਣ ਨਿਯਿੱਤ ਸਰਕਾਰੀ ਮੁਲਾਜ਼ਮਾਂ ਨੂੰ ਲੱਗੇਗਾ ਕਰੋਨਾ ਟੀਕਾ ਸਰਕਾਰ ਵੱਲੋਂ ਐਲਾਨ ਕਰੋਨਾ ਦੇ ਕਹਿਰ ਤੋਂ ਬਚਲੇ ਸਰਕਾਰ ਟੀਕਾ ਅਭਿਆਨ ਵਿੱਚ ਤੇਜ਼ੀ ਕਰਦੀ ਇਸ ਲਈ 45 ਸਾਲ ਤੋਂ ਉਪਰ ਦੀ ਉਮਰ ਦੇ ਹਰ ਇਨਸਾਨ ਲਈ ਟੀਕਾ ਜ਼ਰੂਰੀ ਹੈ ਕੇਂਦਰ ਸਰਕਾਰ ਜਲਦੀ ਹੀ ਵਰਕਪਲੇਸ ਤੇ ਟੀਕਾ ਕਰਨ ਦੀ ਇਜਾਜ਼ਤ ਦੇਣ ਜਾ ਰਹੀ ਹੈ ਕਿਸੇ ਵੀ ਕਾਰਜ ਸਥਲ ਤੇ 100 ਵਿਅਕਤੀ ਹੋਣ ਦੀ ਸਥਿਤੀ ਵਿੱਚ ਉੱਥੇ ਕੋਵਿਡ ਵੈਕਸੀਨੇਸ਼ਨ ਸੈਂਟਰ ਬਣਾਇਆ ਜਾਵੇਗਾ ਤੇ ਸੂਬਾ ਕੇਂਦਰ ਛਾਤੀ ਪ੍ਰਦੇਸ਼ਾ ਨੂੰ ਇਸ ਨੂੰ 11 April ਨੂੰ ਲਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਦਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਮੁਤਾਬਕ ਕਿਸੇ ਵੀ ਨਿੱਜੀ ਜਾਂ ਜਨਤਕ ਸੰਗਠਨ ਵਿੱਚ 100 ਵਿਅਕਤੀ ਦੇ ਇਸ ਜੋਕ ਲਾਭ ਪ੍ਰਾਪਤ ਕਰਤਾ ਹੋਣ ਦੀ ਸਥਿਤੀ ਵਿੱਚ ਕਾਰਜ ਸਥਾਨਲ ਨੂੰ ਕੋਵਿਡ ਵੈਕਸੀਨੇਸ਼ਨ ਸੈਂਟਰ ਬਣਾਇਆ ਜਾਵੇਗਾ ਤੇ ਸੂਬੇ ਨੇ ਇਸ ਮਹਿੰਮ ਵਿੱਚ ਸਹਿਯੋਗ ਦੇਣ ਲਈ ਇਸ ਦੇ ਮੁਤਾਬਕ ਰਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ ਪੰਜਾਬ ਵਿੱਚ ਬੰਦ ਟੋਲ ਪਲਾਜ਼ੇ ਚਲਾਉਣ ਦੀ ਤਿਆਰੀ ਕੰਪਨੀਆਂ ਨੇ ਮੰਗੀ ਪੁਲਿਸ ਸੁਰੱਖਿਆ ਲਗਭਗ 6 ਮਹੀਨਿਆਂ ਤੋਂ ਬੰਦ ਪਏ ਪੰਜਾਬ ਦੇ ਟੋਲ ਪਲਾਜ਼ੇ ਚਲਾਉਣ ਲਈ ਕੰਪਨੀਆਂ ਨੇ ਹੁਣ ਪੰਜਾਬ ਸਰਕਾਰ ਤੋਂ ਪੁਲਿਸ ਸੁਰੱਖਿਆ ਮੰਗੀ ਹੈ ਕੰਪਨੀਆਂ ਹੁਣ ਟੋਲ ਪਲਾਜ਼ੇ ਕਿਸਤਾਨ ਤੋਂ ਹਜ਼ਾਰ ਕਰਮੋਲੇ ਉਹਨਾਂ ਨੂੰ ਚਲਾਉਣ ਦੀ ਤਿਆਰੀ 'ਚ ਨੇ ਕੰਪਨੀਆਂ ਨੇ 6 ਮਹੀਨੇ ਤੱਕ ਬੰਦ ਰਹੇ ਟੋਲ ਪਲਾਜ਼ਿਆਂ ਨੂੰ ਵੀ ਪੰਜਾਬ ਸਰਕਾਰ ਪੰਜਾਬ ਦੇ ਅਧਿਕਾਰ ਖੇਤਰ ਦਾ ਮੁੱਦਾ ਦੱਸਦੇ ਹੋਏ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਕੰਪਨੀਆਂ ਨੇ ਪੰਜਾਬ ਸਰਕਾਰ ਦੇ ਨਾਲ ਇੱਕ ਬੈਠਕ ਕਰਨ ਤੋਂ ਬਾਦ ਹੁਣ ਪੱਤਰ ਲੈ ਕੇ ਟੋਲ ਪਲਾਜ਼ਿਆਂ ਤੇ ਆਰਥਿਕ ਨੁਕਸਾਨ ਦੀ ਸੂਚੀ ਪੰਜਾਬ ਸਰਕਾਰ ਨੂੰ ਭੇਜੀ ਤੇ ਇਸ ਤੇ ਛੇਤੀ ਕਾਰਵਾਈ ਲਈ ਕਿ ਹੈਗੇ ਕੰਪਨੀਆਂ ਨੇ ਸਪਸ਼ਟ ਵਿੱਚ ਕਿਹਾ ਕਿ ਜੇਕਰ ਸਥਿਤੀ ਅਜਿਹੀ ਹੀ ਰਹੀ ਤਾਂ ਪੰਜਾਬ ਤੇ ਚੱਲਣ ਵਾਲੇ ਨਵੇਂ ਪ੍ਰੋਜੈਕਟਾਂ ਤੇ ਕੰਮ ਨਹੀਂ ਕਰ ਸਕਣਗੀਆਂ ਕਿਸਾਨਾਂ ਦੇ ਸਿਰ ਇਕ ਹੋਰ ਹਾ ਥੋੜਾ ਐਫਕੋ ਨੇ ਡੀਏਪ ਦੀ ਕੀਮਤ 1200 ਤੋਂ ਵਧਾ ਕੇ 1900 ਰੁਪਏ ਕੀਤੀ ਜੀ ਹਾਂ ਦੋਸਤੋ 8 ਅਪ੍ਰੈਲ ਨੂੰ ਜਿਹੜੀ ਅੱਜ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਖੇਤੀ ਕਰੂਨਾ ਖਿਲਾਫ ਦਿੱਲੀ ਦੀਆਂ ਹੱਦਾਂ ਤੇ ਡਟੇ ਬੈਠੇ ਕਿਸਾਨਾਂ ਖਿਲਾਫ ਕੇਂਦਰ ਸਰਕਾਰ ਨੇ ਤੇ ਗੁੱਸੇ ਤੇ ਗੁੱਸਾ ਕੱਢ ਰਹੀ ਹੈ ਕਿ ਕਿਸਾਨੀ ਨੀਤੀਆਂ ਜਨ ਨਾ ਮਾਰਥਿਕਾ ਥੋੜਾ ਮਾਰਦੇ ਹੋਏ ਕੇਂਦਰ ਸਰਕਾਰ ਨੇ ਆਰਧ ਸਰਕਾਰੀ ਅਦਾਰੇ ਫਿਕੋ ਨੇ ਡੀਏਪ ਖਾਦ ਦੀਆਂ ਕੀਮਤਾਂ 'ਚ ਕਰੀਬ 40% ਦੀ ਵਾਧਾ ਕਰ ਦਿੱਤਾ ਹੁਣ ਨਵੀਂ ਰੇਟ ਲਾਗੂ ਹੋਣ ਵਾਲੀ ਫਿਕੋ ਦਾ ਡੀਏਪ ਖਾਦ ਪ੍ਰਤੀ 50 ਕਿਲੋ ਬੈਗ 1900 ਰੁਪਏ ਵਿੱਚ ਮਹੱਈਆ ਹੋਵੇਗਾ ਬੈਗ ਪਹਿਲਾਂ 1200 ਰੁਪਏ ਵਿੱਚ ਮਿਲਦਾ ਸੀ ਫਿਕੋ ਨੇ ਫਿਕੋ ਦੇ ਮਾਰਕੀਟ ਡਾਇਰੈਕਟਰ ਜੁਗਿੰਦਰ ਕੁਮਾਰ ਦੇ ਦਸਤਖਤਾਂ ਨਾਲ ਪੱਤਰ ਨੰਬਰ ਐਮ ਕੇ ਸੀਓ ਐਮ ਐਸ 2021/ਬੀਤੇ ਕੱਲ 7 April 2021 ਨੂੰ ਜਾਰੀ ਹੋਇਆ ਜਦੋਂ ਕਿ ਵਧੀਆਂ ਨਵੀਆਂ ਦਰ 1 April 2021 ਤੋਂ ਇਹ ਲਾਗੂ ਕਰ ਦਿੱਤੀਆਂ ਗਈਆਂ ਨੇ ਕਿਸਾਨਾਂ ਲਈ ਚੇਤਾਵਨੀ ਅੱਜ ਫਿਰ ਮੀਂਹ ਤੇ ਝੱਖੜ ਦਾ ਖਤਰਾ ਜੀ ਹਾਂ ਦੋਸਤੋ ਮੌਸਮ ਦਾ ਉਤਰਾ ਚੜਾ ਜਾ ਰਹੀ ਹੈ ਤੇ ਤੇਜ਼ੀ ਨਾਲ ਬਦਲ ਰਹੇ ਮੌਸਮ ਦੇ ਚੱਲਦੇ ਦੇਸ਼ ਦੇ ਕਈ ਇਲਾਕਿਆਂ 'ਚ ਮੀਂਹ ਦਾ ਅਲਰਟ ਲਗਾਤਾਰ ਜਾਰੀ ਹੈ ਤੇ ਤਾਗਰ ਰਿਪੋਰਟ ਮੁਤਾਬਕ ਅਗਲੇ ਕੁਝ ਦਿਨਾਂ ਉਤਰਾਖੰਡ ਚ ਅਸੰਕ ਬਦਲ ਛਾਏ ਰਹਨ ਦੇ ਨਾਲ ਹਲਕਾ ਵੀ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਅਜੇ ਇਹ ਵਿੱਚ ਕਿਸਾਨਾਂ ਦੇ ਸਾਹ ਸੁੱਕੇ ਹੋਏ ਨੇ ਕਿਉਂਕਿ ਫਸਲਾਂ ਪੱਕੀਆਂ ਹੋਈਆਂ ਨੇ ਰਾਜਧਾਨੀ ਦਿੱਲੀ ਚ ਫਿਲਹਾਲ ਸਵੇਰੇ ਸ਼ਾਮ ਦੀ ਹਲਕੀ ਠੰਡ ਤਾਂ ਮਹਿਸੂਸ ਕੀਤੀ ਜਾ ਰਹੀ ਹੈ ਪਰ ਦਿਨ ਵੇਲੇ ਤਿੱਖੀ ਧੁੱਪ ਲੋਕਾਂ ਦੇ ਪਸੀਨੇ ਘਟ ਰਹੀ ਉਧਰ ਹਰਿਆਣਾ ਚ ਦੋ ਦਿਨ ਬੂੰਦਾਬੰਦੀ ਦੇ ਅਸਾਰ ਬਣ ਰਹੇ ਨੇ ਇਸ ਤੋਂ ਬਾਅਦ ਇੱਥੇ ਲੋਕਾਂ ਨੂੰ ਮੜ ਲੂਂਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਧਰ ਪੰਜਾਬ ਦੇ ਸ਼ਹਿਰ ਜਲੰਧਰ ਚ ਅੱਜ ਦਿਨ ਭਰਵਾ ਤੋਂ ਬਾਅਦ ਅਤੇ ਘਟ ਤੋਂ ਘਟ ਤਾਪਮਨ ਚ ਅੰਤਾਰ ਰਹੇਗਾ ਇਸ ਤੋਂ ਬਾਅਦ ਆਉਣ ਵਾਲੇ ਦਿਨਾਂ ਚ ਮੌਸਮ ਲਗਭਗ ਸਾਫ਼ ਰਹੇਗਾ ਜਿਸ ਦੇ ਨਾਲ ਹਿਮਾਚਲ ਪ੍ਰਦੇਸ਼ ਚ ਯੈਲਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਰਿਪੋਰਟ ਮੁਤਾਬਕ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵੀ ਤੇਜ਼ੀ ਨਾਲ ਮੌਸਮ ਬਦਲੇਗਾ ਤੇ ਦਿੱਲੀ ਵਿੱਚ ਹਨੇਰੀ ਆ ਸਕਦੀ ਹੈ ਤੇ ਧੂੜ ਭਰੇ ਚੱਕਰ ਦੌਰਾਨ ਉੱਤਰੀ ਮੈਦਾਨ ਉੱਤਰ ਦੇ ਮੈਦਾਨੀ ਇਲਾਕੇ 'ਚ ਹਵਾ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਤੱਕ ਵਾਅ ਸਕਦੀ ਹੈ ਤੇ ਦੱਖਣ 'ਚ ਕੇਰਲ, ਤਾਮਿਲਨਾਡੂ ਤੇ ਤੱਟੀ ਇਲਾਕਿਆਂ 'ਚ ਤੱਟੀ ਕਰਨਾਟਕ ਤੇ ਅੰਡੇਮਾਨ ਦੇ ਨਿਕੋਬਾਰ ਟਾਪੂਆਂ ਦੇ ਸਮੂਹ ਵਿੱਚ ਹਲਕੀ ਵਰਖਾ ਹੋ ਸਕਦੀ ਹੈ। ਅਕੀਰ ਜ਼ਰਬੇ ਕ ਦੇ ਰਿਹਾ ਹੈ 500,000 ਰੁਪਏ ਦੇ ਪੁਰਾਣੇ ਨੋਟਾਂ ਨੂੰ ਐਕਸਚੇਂਜ ਕਰਨ ਦਾ ਇੱਕ ਹੋਰ ਮੌਕਾ ਜਾਣੋ ਸੱਚ। ਜਾ ਕਰੋਨਾ ਨੇ ਪੂਰੀ ਦੁਨੀਆ 'ਚ ਚੱਕਰ ਡਰ ਪੈਦਾ ਕਰ ਦਿੱਤਾ ਸਮਾਰਟਫੋਨ 'ਚ ਪੂਰੀ ਦੁਨੀਆ ਇੱਕ ਤਰ੍ਹਾਂ ਨਾਲ ਸਾਡੀ ਸਾਹਮਣੇ ਆ ਗਈ ਤੇ ਮੋਬਾਈਲ ਤੇ ਇੰਟਰਨੈਟ ਤੇ ਬਹੁਤ ਸਾਰੀ ਜਾਣਕਾਰੀ ਤੇਜ਼ੀ ਨਾਲ ਫੈਲ ਰਹੀ ਹੈ ਤੇ ਪਰ ਜੇ ਉਹੀ ਜਾਣਕਾਰੀ ਗਲਤ ਹੋਵੇ ਤਾਂ ਵੱਡੀਆਂ ਮੁਸ਼ਕਲਾਂ ਸਾਹਮਣੇ ਆ ਜਾਣਗੀਆਂ ਜੇ ਗਲਤੀ ਜਾਣਕਾਰੀ ਜਾਂ ਗੁੰਮਰਾਹ ਕਰਨ ਵਾਲੀ ਖਬਰ ਜਾਂ ਕੋਈ ਹੋਰ ਅਫਵਾਹ ਬਹੁਤ ਸਾਰੇ ਲੋਕਾਂ ਵਿੱਚ ਤੇਜ਼ੀ ਨਾਲ ਫੈਲ ਜਾਂਦੀ ਹੈ ਤੇ ਸਰਕਾਰ ਅਤੇ ਸਿਸਟਮ ਲਈ ਉਹਨਾਂ ਨਾਲ ਨਜਿੱਠਣਾ ਅਤੇ ਉਹਨਾਂ ਦਾ ਖੰਡਨ ਕਰਨਾ ਅਤੇ ਵਿਅਕਤੀ ਨੂੰ ਸਹੀ ਜਾਣਕਾਰੀ ਦੇਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਨੋਟਬੰਦੀ ਵਿੱਚ ਪੁਰਾਣੇ 500000 ਰੁਪਏ ਦੇ ਪੁਰਾਣੇ ਨੋਟਾਂ ਦੇ ਆਦਾਨ-ਪਰਦਾਨ ਦੀ ਅੰਤਿਮ ਤਾਰੀਖ ਵਧਾ ਦਿੱਤੀ ਗਈ ਹੈ ਹਾਲਾਂਕਿ ਇਹ ਸਹੂਲਤ ਵਿਦੇਸ਼ੀ ਸਲਾਨੀਆਂ ਵਰਗੇ ਵਿਸ਼ੇਸ਼ ਵਿਅਕਤੀ ਲਈ ਹੈ ਨੋਟ ਕੀਤਾ ਜਾ ਸਕਦਾ ਹੈ ਕਿ RBI ਦੇਸ਼ ਦਾ ਕੇਂਦਰੀ ਬੈਂਕ ਮਤਲਬ ਰਿਜ਼ਰਵ ਬੈਂਕ ਆਫ ਇੰਡੀਆ ਦੇ ਲੈਟਰ ਹੈਡ ਫਾਰਮੈਟ ਵੱਲੋਂ ਦਿੱਤੀ ਜਾਣਕਾਰੀ ਇੱਕ ਪੱਤਰ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀ ਜਾਣਕਾਰੀ ਦੇ ਅਨੁਸਾਰ RBI ਦੇ ਅਖੌਤੀ ਲੈਟਰ ਹੈਡ ਤੇ ਪ੍ਰਕਾਸ਼ਿਤ ਸਰਕਾਰ ਦੁਆਰਾ ਮੋਦਰਾ ਨੋਟਾ ਦਾ ਆਦਾਨ-ਪ੍ਰਦਾਨ ਕਰਨ ਦਾ ਇੱਕ ਹੋਰ ਮੌਕਾ ਦੇਣ ਜਾ ਰਹੀ ਹੈ ਜੋ ਕਿ 2016 ਵਿੱਚ ਨੋਟਬੰਦੀ ਦੇ ਕਾਰਨ ਬੰਦ ਕਰ ਦਿੱਤੇ ਗਏ ਸਨ ਇਹ ਕਿਹਾ ਜਾਂਦਾ ਹੈ ਕਿ ਪੁਰਾਣੇ ਨੋਟਾਂ ਦੀ ਬਦਲ ਲਈ ਡੈਡਲਾਈਨ ਹੋ ਵਧਾ ਦਿੱਤਾ ਗਿਆ ਹੈ ਇਹ ਸਹੂਲਤ ਵਿਦੇਸ਼ੀ ਸਲਾਨੀਆਂ ਲਈ ਹੈ ਨਵੰਬਰ 2016 ਵਿੱਚ ਨੋਟਬੰਦੀ ਵਿੱਚ ਪੁਰਾਣੇ 500 ਤੇ 1000 ਰੁਪਏ ਦੇ ਨੋਟ ਛੱਡ ਦਿੱਤੇ ਗਏ ਸਨ ਬਾਅਦ ਵਿੱਚ 500 ਦੇ ਨੋਟ ਜਾਰੀ ਕੀਤੇ ਗਏ ਜਦੋਂ ਕਿ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਅਮਰਸਰ ਤੋਂ ਵੈਨਕੂਵਰ ਤੇ ਟ੍ਰਾਂਟੋਲੇ ਸਿੱਧੀਆਂ ਉਡਾਨਾਂ ਹੋਣਗੀਆਂ ਸ਼ੁਰੂ 400 ਸਾਲਾ ਪ੍ਰਕਾਸ਼ ਪੂਰਵ ਤੇ ਉੱਠੀ ਮੰਗ ਅਮਰਸਰ ਤੋਂ ਵੈਨਕੂਵਰ ਤੇ ਟ੍ਰਾਂਟੋਲੇ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਮੰਗ ਕਾਫੀ ਲੰਬੇ ਸਮੇਂ ਤੋਂ ਅਟਰ ਰਹੀ ਹੈ ਹੁਣ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਵ ਮੌਕੇ ਮੰਗ ਇੱਕ ਵਾਰ ਫਿਰ ਉੱਭਰ ਗਈ ਹੈ ਕੈਨੇਡਾ ਦੇ ਪੰਜਾਬੀ ਭਾਈਚਾਰੇ ਗੈਰ ਸਰਕਾਰੀ ਸੰਗਠਨਾਂ ਤੇ ਅਮਰਸਰ ਤੋਂ ਵੈਨਕੂਵਰ ਤੇ ਟ੍ਰਾਂਟੋਲੇ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਮੰਗ ਕੀਤੀ ਇਸ ਨਾਲ ਖਾਲਸਾ ਪੰਜਾਬ ਤੇ ਕੈਨੇਡਾ ਦਰਮਿਆਨ ਯਾਤਰਾ ਕਰਨ ਵਾਲੇ ਲੱਖਾਂ ਯਾਤਰੀ ਨੂੰ ਬਹੁਤ ਸਹੂਲਤ ਹੋਵੇਗੀ ਐਸੇ ਇਤਿਹਾਸਿਕ ਗੁਰਪੁਰਬ ਦਿਸ਼ਤਾਵ ਦੀ ਮੌਕੇ ਅਮਰਸਰ ਨਾਲ ਸਿੱਧੇ ਸੰਪਰਕ ਦੀ ਮੰਗ ਕਰਦੇ ਫਲਾਈ ਅਮਰਸਰ ਇਨਸੈਂਟਿਵ ਦੇ ਗਲੋਬਲ ਕੋਨਵੀਨਰ ਅਮਰੀਕਾ ਵਾਸੀ ਸਮੀਰ ਸਿੰਘ ਗੁਮਟਾਲਾ ਤੇ ਕੈਨੇਡਾ ਤੋਂ ਅਮਰਸਰ ਵਿਕਾਸ ਮੰਚ ਦੇ ਵਿਦੇਸ਼ ਮਾਮਲੇ ਦੇ ਸਕੱਤਰ ਤੇ ਫਲਾਈ ਅੰਮ੍ਰਿਤਸਰ ਦੇ ਉੱਤਰ ਅਮਰੀਕਾ ਦੇ ਕਰਨਵੀਰ ਅਨਾਥ ਸੰਗਠਨ ਨੇ ਕਿਹਾ ਕਿ ਕੈਨੇਡਾ ਤੇ ਪੰਜਾਬ ਦੇ ਲੱਖਾਂ ਪੰਜਾਬੀਆਂ ਨੇ ਸਿੱਧੀਆਂ ਉਡਾਨਾਂ ਦੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਤੇ ਗੁਮਟਾਲਾ ਨੇ ਕਿਹਾ ਕਿ 400 ਪ੍ਰਕਾਸ਼ ਪੂਰਵ ਸਟਾਬਿਲਿਟੀ ਸੁਭਾਗਮ ਦਾ ਮੁੱਖ ਕੇਂਦਰ ਅੰਮ੍ਰਿਤਸਰ ਹੋਵੇਗਾ ਹੁਣ ਵੇਖਣਾ ਇਹ ਹੋਊਗਾ ਕਿ ਇਹ ਜਿਹੜੀਆਂ ਫਲਾਈਟ ਐਸ ਵਾਰ ਚੱਲਣਗੀਆਂ ਜਾਂ ਨਹੀਂ ਇਹ ਆਪਾਂ ਨੂੰ ਗੁਰਪਰਬ ਮੌਕੇ ਪਤਾ ਲੱਗ ਜਾਵੇਗਾ ਤਾਂ ਦੋਸਤੋ ਇਸsing ਆਪਣੀਆਂ ਸਮੇਂ ਦੀਆਂ ਦੁਪਹਿਰ ਦੀਆਂ ਵੱਡੀਆਂ ਖਬਰਾਂ ਐਸੇ ਨਾਲ ਹੀ ਆਪਣੀਆਂ ਇਸ ਸਮੇਂ ਦੀਆਂ ਖਬਰਾਂ ਖਾਤਮ ਹੁੰਦੀਆਂ ਨੇ ਮਿਲਾਂਗੇ ਨਾਵੀਆਂ ਤੇ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ ਮਿਹਨਤ ਮੇਰੀ ਰਹਿਮਤ ਖੁਦਾ ਦੀ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਸੌਦਨ ਦੁਸ਼ਮਣ ਤੋਂ ਛਟਕਾਰਾ ਵਿਦੇਸ਼ ਚ ਪੱਕਾ ਹੋਣਾ ਕੀਤਾ ਕਰਾਇਆ ਗੁਪਤ ਵਸ਼ੀਕਰਨ ਕਰਾਓ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਵਾਸ਼ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੂਟੋ ਮੈਕਸ ਧੋਖੇਬਾਜ਼ ਅਤੇ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਪਿਆਰ ਚ ਤੜਫਦਾ ਦੇਖੋ ਆਪਣੀਆਂ ਅੱਖਾਂ ਸਾਹਮਣੇ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 7023681805